ਗਲੋਬਲ ਪੰਜਾਬ ਟੀਵੀ ਤੇ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਦਾ ਸਵਾਗਤ ਹੈ। ਆਪਰੇਸ਼ਨ ਨੀਲਾ ਤਾਰਾ, ਅਸੀਂ ਆਪਣੇ ਉਹਨਾਂ ਮਹਿਮਾਨਾਂ ਦੇ ਨਾਲ ਦੂਜੇ ਪੜਾਅ ਦੀ ਚਰਚਾ ਨੂੰ ਲੈ ਕੇ ਆਪਣੇ ਦਰਸ਼ਕਾਂ ਦੇ ਅੱਗੇ ਹਾਜ਼ਰ ਹਾਂ। ਦੂਜੇ ਪੜਾਅ ਦੀ ਚਰਚਾ ਦੇ ਵਿੱਚ ਮੈਂ ਉਹਨਾਂ ਹੀ ਮਹਿਮਾਨਾਂ ਦਾ ਸਮਨਜੀਤ ਸਿੰਘ ਪੂਮਾ, NS ਰਤਨ, ਪ੍ਰੋਫੈਸਰ ਸ਼ਾਮ ਸਿੰਘ ਤਿੰਨਾਂ ਨੂੰ ਮੈਂ ਮੁੜ ਜੀ ਆਇਆਂ ਆਖਦਾ। ਅਸੀਂ ਆਪਰੇਸ਼ਨ ਨੀਲਾ ਤਾਰਾ ਨਾਲ ਜੁੜੇ ਅਹਿਮ ਮੁੱਦੇ ਇਹਨਾਂ ਮਹਿਮਾਨਾਂ ਦੇ ਨਾਲ ਪਹਿਲੇ ਪੜਾਅ ਦੀ ਚਰਚਾ 'ਚ ਵਿਚਾਰੇ ਹੈ। ਹੋਰ ਕਈ ਅਹਿਮ ਮਾਮਲੇ ਹੈ, ਅਸੀਂ ਕੋਸ਼ਿਸ਼ ਕਰਾਂਗੇ ਆਪਣੇ ਮਹਿਮਾਨਾਂ ਦੇ ਨਾਲ ਉਹਨਾਂ ਮੁੱਦਿਆਂ 'ਤੇ ਕਿਸੇ ਨਾ ਕਿਸੇ ਨਤੀਜੇ 'ਤੇ ਪਹੁੰਚਣ ਦੇ ਲਈ। ਪੂਮਾ ਸਾਹਿਬ, ਜਿਹੜੀ ਆਪਾਂ ਚਰਚਾ ਜਿਹੜੀ ਕਰ ਰਹੇ ਹਾਂ ਉਹਦੇ 'ਤੇ ਅਕਸਰ ਜਿੱਦਾਂ ਤੁਹਾਡੇ ਵਿਚਾਰ ਹੈ, ਕਿਹਾ ਜਾਂਦਾ ਕਿ ਸੰਤ ਜਰਨੈਲ ਸਿੰਘ ਪਿੰਡਰਾਂਵਾਲਾ ਜਿਹੜੇ ਹੈਗੇ ਆ ਉਹ ਇਸ ਤਰ੍ਹਾਂ ਵਾਇਲੈਂਸ ਜਾਂ ਇੱਦਾਂ ਦੀ ਗੱਲ ਦੇ ਵਿੱਚ ਯਕੀਨ ਨਹੀਂ ਰੱਖਦੇ ਸੀ, ਪਰ ਇਹ ਵੀ ਸਾਡੇ ਘਟਨਾਵਾਂ ਸਾਹਮਣੇ ਆ। ਇਹ ਵੀ ਇੱਕ ਰਵਾਇਤ ਕਹੀ ਗਈ ਕਿ ਵੀ ਜਿਹੜੀ ਆ ਉੱਥੇ ਇੱਕ ਤਰ੍ਹਾਂ ਦਾ ਮਟਕਾ ਰੱਖਿਆ ਸੀ ਜਿਹਦੇ 'ਚ ਪਰਚੀਆਂ ਪਾਈਆਂ ਜਾਂਦੀਆਂ ਸੀ, ਪੰਜਾਬ 'ਚ ਜਿਹਦੀ ਪਰਚੀ ਨਿਕਲ ਆਉਂਦੀ ਸੀ ਉਹ ਅਗਲੇ ਦਿਨ ਪੰਜਾਬ 'ਚ ਜਿਉਂਦਾ ਨਹੀਂ ਸੀ ਪਾਇਆ ਜਾਂਦਾ। ਔਰ ਖਾਸ ਤੌਰ 'ਤੇ ਜਿਹੜਾ ਨਿਰੰਕਾਰੀ ਗੁਰਬਚਨ ਸਿੰਘ ਹੈ ਉਸਦਾ ਕਤਲ, ਇਹ ਵੀ ਆਪਣੇ ਸਾਰਿਆਂ ਦੇ ਸਾਹਮਣੇ ਹੈ। ਇਹਨਾਂ ਮੁੱਦਿਆਂ 'ਤੇ ਤੁਸੀਂ ਕੀ ਕਹੋਗੇ? ਵੇਖੋ ਜੀ, ਪਹਿਲੀ ਗੱਲ ਆ, ਸੰਤ ਜਰਨੈਲ ਸਿੰਘ ਕੋਈ ਪਰਚੀਆਂ ਨਹੀਂ ਪਾਉਂਦੇ ਅਤੇ ਕੋਈ ਉਹਨਾਂ ਦੇ ਕੋਲ ਘੜਾ ਨਹੀਂ ਸੀ, ਮੈਂ ਇਹਨਾਂ ਗੱਲਾਂ ਦਾ ਸਖ਼ਤ ਸ਼ਬਦਾਂ 'ਚ ਖੰਡਨ ਕਰਦਾ ਜੀ। ਦੂਸਰੀ ਗੱਲ ਆ ਵੀ ਗੁਰਬਚਨ ਸਿੰਘ ਨਰਕਧਾਰੀ ਦਾ ਕਤਲ ਕਿਉਂ ਹੋਇਆ, ਇਹਦੇ ਬਾਰੇ ਮੈਂ ਸਪਸ਼ਟ ਕਰਨਾ ਚਾਹੁੰਦਾ ਜੀ ਕਿ ਉਹ 13 ਸਿੰਘਾਂ ਦਾ ਕਾਤਲ ਸੀ, ਗੁਰੂ ਗ੍ਰੰਥ ਸਾਹਿਬ ਦੀ ਉਹਨੇ ਘੋਰ ਬੇਅਦਬੀ ਕੀਤੀ ਸੀ ਅਤੇ ਉਹ ਪੰਜਾਬ 'ਚੋਂ ਬਚ ਕੇ ਨਿਕਲ ਗਿਆ ਸੀ ਉਸੇ ਸ਼ਾਮ ਨੂੰ, ਸਿੱਖਾਂ ਨੂੰ ਇੱਕ ਉਸ ਗੱਲ ਦਾ ਵੀ ਗੁੱਸਾ ਸੀ। ਉਸ ਤੋਂ ਬਾਅਦ ਉਹਦੇ 'ਤੇ ਪਰਚਾ ਰਜਿਸਟਰਡ ਹੋਇਆ ਅੰਮ੍ਰਿਤਸਰ, ਪਰਚਾ ਆਇਆ ਉਹਦਾ ਕੇਸ ਜਿਹੜਾ ਵਾ ਸਰਕਾਰ ਨੇ ਤਬਦੀਲ ਕਰਕੇ ਉਹਨੂੰ ਕਰਨਾਲ ਸ਼ਿਫਟ ਕਰਤਾ, ਕਰਨਾਲ ਉੱਥੇ ਸੈਸ਼ਨ ਕੋਰਟ ਦੇ ਜਿਹੜਾ ਵਾ ਕੇਸ ਚੱਲਿਆ ਵਾ, ਦੋਵੇਂ ਪਾਸੇ ਵਕੀਲਾਂ ਦੀਆਂ ਆਹਮੋ ਸਾਹਮਣੀ ਦਲੀਲਾਂ ਦੇ ਨਾਲ ਬਹਿਸਾਂ ਹੋਈਆਂ ਨੇ, ਪਰ ਉੱਥੋਂ ਦਾ ਜੋ ਜੱਜ ਸੀ, ਅਦਾਲਤ ਸੀ, ਉਹਨੇ ਗੁਰਬਚਨ ਸਿੰਘ ਨਿਰੰਕਾਰੀ ਨੂੰ ਸਾਫ਼ ਬਰੀ ਜਿਹੜਾ ਵਾ ਕਰ ਦਿੱਤਾ। ਬਰੀ ਹੋਣ 'ਤੇ ਜਦੋਂ ਉਹਨੂੰ ਪੱਤਰਕਾਰਾਂ ਨੇ ਪੁੱਛਿਆ ਵੀ ਤੁਸੀਂ ਕੀ ਮਹਿਸੂਸ ਕਰਦੇ ਆ ਜੀ, ਉਹਨੇ ਕਿਹਾ ਵੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜਿਹੜੇ ਆ ਉਹ 52 ਰਾਜੇ ਆਪਣਾ ਰਿਹਾ ਕਰਾ ਕੇ ਲਿਆ ਸੀ ਅਤੇ ਮੈਂ ਆਪਣੇ ਸਤਾਰੇ ਆਪਣੇ ਨਾਲ ਰਿਹਾ ਕਰਾ ਕੇ ਲਿਆ ਜੀ ਜੀ। ਉਹਨੇ ਆਪਣੀ ਤੁਲਨਾ ਜਿਹੜੀ ਆ ਸ੍ਰੀ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨਾਲ ਜਿਹੜੀ ਆ ਉਸ ਵੇਲੇ ਕੀਤੀ ਜੀ, ਅਤੇ ਉਸ ਵੇਲੇ ਫਿਰ ਸੰਤ ਜਰਨੈਲ ਸਿੰਘ ਜੀ ਨੂੰ ਅੰਮ੍ਰਿਤਸਰ ਪੱਤਰਕਾਰਾਂ ਪੁੱਛਿਆ ਵੀ ਉਹਦਾ ਇਹ ਵਰਸ਼ਣ ਆ, ਤੁਹਾਡਾ ਕੀ ਪ੍ਰਤੀਕਰਮ ਆ ਜੀ ਜੀ? ਸੰਤ ਜਰਨੈਲ ਸਿੰਘ ਜੀ ਨੇ ਇਹ ਗੱਲ ਕਹੀ ਵੀ ਕੀ ਹੋਇਆ ਕਿ ਜੇ ਇਸ ਦੇਸ਼ ਦੀ ਅਦਾਲਤ ਨੇ ਉਹਨਾਂ ਨੂੰ ਬਰੀ ਕਰ ਦਿੱਤਾ ਵਾ, ਪੰਥ ਦੀ ਅਦਾਲਤ ਨੇ ਉਹਨਾਂ ਨੂੰ ਬਰੀ ਨਹੀਂ ਕੀਤਾ ਜੀ ਜੀ, ਹੁਣ ਪੰਥ ਦੀ ਅਦਾਲਤ ਲੱਗੂਗੀ, ਪੰਥ ਦੀ ਕਚਹਿਰੀ ਲੱਗੂਗੀ, ਪੰਥਕ ਰਵਾਇਤਾਂ ਮੁਤਾਬਕ ਜਿਹੜਾ ਵਾ ਇਹਦਾ ਅਸੀਂ ਫੈਸਲਾ ਕਰਾਂਗੇ। ਇਹਦੇ ਵਿੱਚ ਹੀ ਭਾਈ ਰਣਜੀਤ ਸਿੰਘ ਅਤੇ ਭਾਈ ਕਾਬਲ ਸਿੰਘ ਦਾ ਜਿਹੜਾ ਵਾ ਜਨਮ ਹੋਇਆ ਅਤੇ ਰੱਬ ਨੂੰ ਭਾਈ ਰਣਜੀਤ ਸਿੰਘ ਦੇ ਕਾਬਲ ਨੇ ਉਹਦੇ ਘਰ ਹੀ ਜਿਹੜਾ ਵਾ ਜੀ ਜੀ ਕਾਨੂੰਨੀ ਤੌਰ 'ਤੇ ਜੇ ਸ਼ਾਇਦ ਜਿਹੜਾ ਹੈਗਾ ਜੇ ਕਾਨੂੰਨੀ ਤੌਰ 'ਤੇ ਇਨਸਾਫ਼ ਮਿਲਦਾ ਉਹ ਪੰਜਾਬ ਦੇ ਵਿੱਚ ਕਦੇ ਵੀ ਗੋਲੀਆਂ ਨਹੀਂ ਚੱਲਣੀਆਂ ਇਸ ਹੱਦ ਤੱਕ ਨਾ ਭੜਕਦੀਆਂ। ਰਤਨ ਜੀ, ਜਦੋਂ ਆਪਾਂ ਗੱਲ ਕਰਦੇ ਹਾਂ ਕੁਛ ਇਸ਼ੂ 'ਤੇ, ਉਹ ਜਿਹੜੇ ਇਮੋਸ਼ਨਲ ਜਿਨ੍ਹਾਂ ਨੇ ਨਿਰੰਕਾਰੀ ਇਸ਼ੂ ਦੀ ਗੱਲ ਕੀਤੀ ਹੈ, ਪਰ ਜੇ ਆਪਾਂ ਆਪਣਿਆਂ ਦੀ ਵੀ ਇਹਨਾਂ ਦੀ ਗੱਲ ਕਰੀਏ ਤਾਂ ਇੱਕ ਪਾਸੇ ਰਵਾਇਤੀ ਲੀਡਰਸ਼ਿਪ, ਦੂਜੇ ਪਾਸੇ ਜਿਹੜੀ ਮਿਲੀਟੈਂਟ ਜਾਂ ਜਿਹੜੇ ਗਰਮ ਖਿਆਲੀ ਲੀਡਰਸ਼ਿਪ ਸੀ, ਲੜਾਈ ਕੇਂਦਰ ਦੇ ਨਾਲ ਸੀ, ਪਰ ਇਹਨਾਂ ਦੋਨਾਂ ਦੇ ਵਿੱਚ ਟਕਰਾਅ ਕਿਉਂ ਹੋਇਆ? ਜਿਹੜੀ ਬੇਸਿਕਲੀ ਇਹ ਪਾਵਰ ਟਸਲ ਸੀ ਜੀ, ਔਰ ਪੰਜਾਬ ਦੀ ਵਿੱਚ ਰਾਜ ਸੱਤਾ ਜੀ ਪ੍ਰਾਪਤ ਕਰਨ ਦੀ ਹੋੜ ਸੀ ਜੀ, ਕਿਹੜਾ ਜਥਾ ਤਾਕਤਵਰ ਹੋ ਕੇ ਲੈ ਸਾਂਭ ਸਕਦਾ ਇਹ ਉਹਦੀ ਹੋੜ ਸੀ, ਔਰ ਉਹਦੇ ਨਾਲ ਉਹ ਜਿਹੜਾ ਸੋ ਕਾਲ ਲਿਬਰਲ ਜਾਂ ਰਵਾਇਤੀ ਲੀਡਰਸ਼ਿਪ ਸੀ ਉਹ ਥੋੜ੍ਹੇ ਜਿਹੇ ਕਮਜ਼ੋਰ ਹੁੰਦੇ ਗਏ ਜੀ, ਕਦਮ ਕਦਮ 'ਤੇ ਉਹ ਪਿੱਛੇ ਹਟਦੇ ਗਏ, ਸੰਤਾਂ ਦੀ ਚੜ੍ਹਤ ਹੁੰਦੀ ਗਈ ਅਤੇ ਸਿਚੁਏਸ਼ਨ ਇਸ ਲੈਵਲ 'ਤੇ ਪਹੁੰਚ ਗਈ ਕਿ ਅਲਟੀਮੇਟਲੀ ਭੱਜਣਾ ਪਿਆ ਜੀ, ਰਵਾਇਤੀ ਲੀਡਰਸ਼ਿਪ ਨੂੰ ਭੱਜਣਾ ਪਿਆ ਅੰਦਰ ਦਰਬਾਰ ਸਾਹਿਬ ਦੇ ਅੰਦਰ ਧੜਿਆਂ ਦੀ ਆਪਸ 'ਚ, ਉਹ ਗੋਲੀਆਂ ਚੱਲੀਆਂ, ਉਹ ਮਾਰ ਕੁਟਾਈ, ਸਾਰੀ ਦੁਨੀਆਂ ਨੂੰ ਪਤਾ ਜੀ ਜੀ ਕਿ ਕੀ ਕੁਛ ਹੋਇਆ ਸੀ। ਤਾਂ ਉਹ ਤਾਂ ਸੱਤਾ ਦੀ ਦੇਖੋ ਦੁਨੀਆਂ ਭਰ 'ਚ ਹੀ ਹੈ, ਕਿਤੇ ਕੋਈ ਲਿਹਾਜ਼ ਨਹੀਂ ਹੁੰਦਾ ਸੱਤਾ ਦੇ ਵਾਸਤੇ, ਕੋਈ ਕਿਸੇ ਨੂੰ ਬਖਸ਼ਣ ਨੂੰ ਤਿਆਰ। ਰਤਨ ਜੀ, ਤੁਹਾਨੂੰ ਲੱਗਦਾ ਕਿ ਉਹ ਦੌਰ ਇਹੋ ਜਿਹਾ ਸੀ ਜਿਹਦੇ 'ਚ ਇੱਕ ਵਾਰ ਤਾਂ ਜਿਹੜੀ ਰਵਾਇਤੀ ਲੀਡਰਸ਼ਿਪ ਹੈ ਉਹ ਬਿਲਕੁਲ ਸੀਨ ਤੋਂ ਸਾਫ਼ ਹੋ ਗਈ ਸੀ, ਖਤਮ ਹੋ ਗਈ ਸੀ, ਕੋਈ ਦਿਸਦਾ ਹੀ ਨਹੀਂ ਸੀ ਬੰਦਾ ਜੀ ਜੀ, ਕਿ ਬਾਦਲ ਹੋਰੀ ਜਾ ਕੇ ਉਹ ਤਾਮਿਲਨਾਡੂ ਦੀ ਜੇਲ੍ਹ 'ਚ ਬਹਿ ਗਏ, ਬਰਨਾਲਾ ਸਾਹਿਬ ਖਬਰੇ ਕਿੱਥੇ ਗੁੰਮ ਸਨ ਜੀ ਜੀ, ਆਪਣੇ ਜਥੇਦਾਰ ਹੋਰੀ ਜਿਹੜੇ ਪ੍ਰਧਾਨ ਸਨ SGPC ਦੇ, ਕਿ ਟੋਰਾ ਸਾਹਿਬ ਜਥੇਦਾਰ ਸਿੰਘ ਟੋਰਾ, ਟੋਰਾ ਸਾਹਿਬ, ਲੌਂਗੋਵਾਲ ਸਾਹਿਬ, ਸਾਰੇ ਹੀ ਜ਼ੀਰੋ ਹੋਏ ਪਏ ਸਨ ਜੀ ਜੀ, ਕਿਸੇ ਦੀ ਕੋਈ ਜ਼ਰੂਰਤ ਨਹੀਂ ਸੀ ਹੈਗੀ ਤੋਂ ਪਾਸੇ ਕਿ ਉਹ ਇੱਕ ਲਫ਼ਜ਼ ਵੀ ਭਿੰਡਰਾਂ ਵਾਲੇ ਸੰਤਾਂ ਦੀ ਨੀਤੀ ਦੇ ਵਿਰੁੱਧ ਬੋਲ ਸਕਦੇ ਜੀ ਜੀ।
ਆਫਟਰ ਬੋਲਣ ਦਾ ਤੇ ਅਧਿਕਾਰ ਹੈਗਾ ਸੀ, ਤੁਸੀਂ ਆਪਣੇ ਵਿਚਾਰ ਤੇ ਦੱਸ ਸਕਦੇ। ਪਰ ਇਹ ਕਿਹਾ ਜਾ ਸਕਦਾ ਸੀ ਕਿ ਸੰਤ ਜਰਨੈਲ ਸਿੰਘ ਪਿੰਡਰਾਂਵਾਲਿਆਂ ਦੀ ਰਿੱਠ ਹੀ ਚੱਲਦੀ ਸੀ ਜੀ, ਬਿਲਕੁਲ ਸੀ। ਉਹ ਮੈਂ ਜੀ ਜਦੋਂ ਗੱਲ ਕਰਦੇ ਰਤਨ ਜੀ ਨੇ ਤੇ ਜਿਹੜੇ ਕੰਪਲੈਕਸ ਦੇ ਅੰਦਰ ਜਿਹੜੀ ਸਿਚੁਏਸ਼ਨ ਬਣੀ ਸੀ, ਇਹ ਵੀ ਹੈ ਕਿ ਜਦੋਂ ਲੜਾਈ ਸੀ, ਫੌਜ ਦਾ ਹਮਲਾ ਹੋਇਆ, ਜਿਹੜੇ ਪਹਿਲੇ ਦਿਨਾਂ ਦਾ ਸਾਰਾ ਸੀਨ ਹੈਗਾ, ਤਾਂ ਕੁਛ ਰਵਾਇਤੀ ਲੀਡਰਸ਼ਿਪ 'ਚੋਂ ਵੀ ਕੁਛ ਲੋਕ ਗਏ ਜਿਹੜੇ ਸੰਤ ਪਿੰਡਰਾਂਵਾਲਾਂ ਕੋਲ ਕਿ ਤੁਹਾਨੂੰ ਸਰੈਂਡਰ ਕਰ ਦੇਣਾ ਚਾਹੀਦਾ ਜਾਂ ਬਾਹਰ ਆ ਜਾਣਾ ਚਾਹੀਦਾ, ਉਸ ਰਵਾਇਤੀ ਲੀਡਰਸ਼ਿਪ ਦੇ ਕਿਸੇ ਰੋਲ ਬਾਰੇ ਤੁਸੀਂ ਕਮੈਂਟ ਕਰ ਸਕਦੇ ਹੋ? 2 ਤਰੀਕ ਦੀ ਸ਼ਾਮ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਹੇਦਾਰ ਗੁਰਚਰਨ ਸਿੰਘ ਟੌਹਰਾ ਸਾਹਿਬ ਦੀ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਨਾਲ ਆਖਰੀ ਮੁਲਾਕਾਤ ਹੋਈ ਜੀ। ਜੀ ਟੌਹਰਾ ਸਾਹਿਬ ਸੰਤ ਜਰਨੈਲ ਸਿੰਘ ਜੀ ਨੂੰ ਇਹ ਗੱਲ ਕਹਿਣ ਲੱਗੇ ਕਿ ਸੰਤ ਜੀ ਸਰਕਾਰਾਂ ਦੇ ਹੱਥ ਬੜੇ ਲੰਮੇ ਹੁੰਦੇ ਆ ਅਤੇ ਆਪਾਂ ਮੋਰਚਾ ਲੰਮਾ ਸਮਾਂ ਹੋ ਗਿਆ ਵਾ, ਜੀ ਜੀ ਆਪਾਂ ਸਾਹ ਸੂ ਲੈ ਲਈਏ ਅਤੇ ਸਰਕਾਰ ਕੁਛ ਮੰਗਾਂ ਮੰਨਦੀ ਆ ਅਤੇ ਆ ਕੁਛ ਦਾ ਉਹ ਆਪਾਂ ਕਮਿਸ਼ਨ ਬਿਠਾ ਲਵਾਂਗੇ ਅਤੇ ਕੁਛ ਬਾਅਦ ਦੇ ਵਿੱਚ ਜਿਹੜੀਆਂ ਨੇ ਮੰਨੀਆਂ ਜਾਣਗੀਆਂ ਜੀ। ਸੰਤ ਜਰਨੈਲ ਸਿੰਘ ਜੀ ਨੇ ਟੌਹਰਾ ਸਾਹਿਬ ਨੂੰ ਇੱਕੋ ਉੱਤਰ ਦਿੱਤਾ ਕਿ ਜੇ ਤਾਂ ਅਨੰਦਪੁਰ ਦੇ ਇਹ ਨਾਲ ਟੌਹਰਾ ਸਾਹਿਬ ਨੇ ਇਹ ਵੀ ਕਿਹਾ ਸੀ ਵੀ ਦਾਸ ਨੂੰ ਜਿਹੜੀ ਆ ਸਰਕਾਰ ਇਹ ਖਾਸ ਕਰਕੇ ਇੰਦਰਾ ਗਾਂਧੀ ਪੰਜਾਬ ਦਾ ਮੁੱਖ ਮੰਤਰੀ ਬਣਾਉਂਦੀ ਆ ਅਤੇ ਭਾਈ ਅਮਰੀਕ ਸਿੰਘ ਨੂੰ ਨਾਲ ਵਜ਼ੀਰ ਬਣਾ ਲਵਾਂਗੇ, ਸੰਤ ਜਰਨੈਲ ਸਿੰਘ ਨੂੰ ਲਾਲਚ ਦਿੱਤਾ ਜੀ। ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੇ ਉੱਤਰ ਦਿੱਤਾ ਟੌਹਰਾ ਸਾਹਿਬ ਨੂੰ ਵੀ ਟੌਹਰਾ ਸਾਹਿਬ ਨਾ ਤਾਂ ਮੈਂ ਤੁਹਾਡੇ ਮੁੱਖ ਮੰਤਰੀ ਬਣਨ ਵਾਸਤੇ ਤਾਂ ਇਹ ਕੌਮ ਨੇ ਧਰਮ ਯੁੱਧ ਮੋਰਚਾ ਲਾਇਆ ਵਾ, ਨਾ ਭਾਈ ਅਮਰੀਕ ਸਿੰਘ ਦੀ ਵਜ਼ੀਰੀ ਕਰਕੇ ਅਸੀਂ ਜਿਹੜਾ ਵਾ ਮੋਰਚਾ ਲਾਇਆ। ਜੇ ਤਾਂ ਅਨੰਦਪੁਰ ਦੇ ਮਤੇ ਲਈ ਇੰਦਰਾ ਗਾਂਧੀ ਜਿਹੜਾ ਵਾ ਅੱਖਰ ਅੱਖਰ ਜਿਹੜੇ ਉਹ ਮੰਗਾਂ ਪੂਰੀਆਂ ਮੰਨਦੀ ਆ ਅਤੇ ਮੈਂ ਤੁਹਾਡੇ ਨਾਲ ਹਾਂ, ਜੇ ਉਹ ਨਹੀਂ ਮੰਨਦੀ ਅਤੇ ਮੈਂ ਤੁਹਾਡੇ ਨਾਲ ਨਹੀਂ ਹੈਗਾ। ਜੇ ਤੁਹਾਡੀਆਂ ਲੱਤਾਂ ਹੁਣ ਕੰਬਦੀਆਂ ਨੇ, ਤੁਸੀਂ ਅਕਾਲ ਤਖ਼ਤ ਸਾਹਿਬ 'ਤੇ ਸਾਡੇ ਨਾਲ ਅਰਦਾਸ ਕੀਤੀ ਸੀ ਇਹਨਾਂ ਅਨੰਦਪੁਰ ਦੇ ਮਤੇ ਲਈ, ਤੁਹਾਡੀਆਂ ਲੱਤਾਂ ਕੰਬਦੀਆਂ ਤਾਂ ਤੁਸੀਂ ਪਾਸੇ ਹੋ ਜਾਓ, ਜਿਨ੍ਹਾਂ ਦੇ ਹੱਥ ਲੰਬੇ ਆ ਆਉਣ ਦਿਓ, ਮੈਂ ਉਹਨਾਂ ਨਾਲ ਆਪੇ ਨਜਿੱਠ ਲੂੰਗਾ। ਓਕੇ ਓਕੇ ਪ੍ਰੋਫੈਸਰ, ਜਿਹੜੀ ਉਸ ਵੇਲੇ ਟ੍ਰੈਡੀਸ਼ਨਲ ਲੀਡਰਸ਼ਿਪ ਦਾ ਰੋਲ ਸੀ, ਜਿਵੇਂ ਰਤਨ ਜੀ ਨੇ ਕਿਹਾ ਕਿ ਬਿਲਕੁਲ ਪਾਸੇ ਹੋ ਗਏ ਜਿਹੜਾ ਹੈਗਾ, ਜੇ ਸ਼ਾਇਦ ਟ੍ਰੈਡੀਸ਼ਨਲ ਲੀਡਰਸ਼ਿਪ ਕੋਈ ਦਲੇਰਾਨਾ ਫੈਸਲੇ ਲੈਂਦੀ ਜਾਂ ਉਹਦੇ 'ਚ ਦਖਲ ਦਿੰਦੀ, ਸ਼ਾਇਦ ਤਾਂ ਵੀ ਸਿਚੁਏਸ਼ਨ ਜਿਹੜੀ ਹੈਗੀ ਸੇਵ ਹੋ ਸਕਦੀ ਸੀ। ਅਸਲ ਵਿੱਚ ਸੰਤ ਜਰਨੈਲ ਸਿੰਘ ਦਾ ਰੋਲ ਇੰਨਾ ਭਾਰੂ ਸੀਗਾ ਭਈ ਉਹਨਾਂ ਨੇ ਸੱਚੀ ਮੁੱਚੀ ਰਵਾਇਤੀ ਲੀਡਰਸ਼ਿਪ ਨੂੰ ਉਹ ਸਮੇਂ 'ਚੋਂ ਗੈਰ ਹਾਜ਼ਰ ਕਰ ਦਿੱਤਾ ਜੀ। ਉਹ ਕਿਤੇ ਦਿਸਦੇ ਹੀ ਨਹੀਂ ਸੀ। ਜਿਹੜੇ ਲੋਕ ਆਉਂਦੇ ਸਨ ਹਰਿਮੰਦਰ ਸਾਹਿਬ ਵੀ, ਉਹ ਵੀ ਸਭ ਤੋਂ ਵੱਧ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਦੀਵਾਨ 'ਚ ਜਾਂਦੇ ਸੀਗੇ। ਸਾਰੀ ਲੀਡਰਸ਼ਿਪ ਇੱਕ ਤਰਫਾ ਹੋ ਗਈ ਸੀ, ਇੱਕ ਤਰਫਾ ਹੋ ਗਈ ਸੀ। ਪਰ ਵਧੀਆ ਗੱਲ ਇਹ ਹੋਈ ਜਿਹੜੀ ਦੋਹਾਂ ਫਿਰਕਿਆਂ ਦੇ ਹਿੰਦੂ ਸਿੱਖ, ਇਹ ਭਾਵੇਂ ਟੋੜੇ ਹੋਣੀ ਆ ਭਾਵੇਂ ਕੋਈ ਹੋਰ ਨੇ ਜੀ, ਇਹਨਾਂ ਦੋਹਾਂ ਧੜਿਆਂ ਦੇ ਭੜਕਾਟ ਪੈਦਾ ਕਰਨ ਦੇ ਬਾਵਜੂਦ ਪੰਜਾਬ ਦਾ ਹਿੰਦੂ ਔਰ ਸਿੱਖ ਬਿਲਕੁਲ ਸ਼ਾਂਤਮਈ ਰਿਹਾ ਜੀ। ਕਿਤੇ ਵੀ ਤੁਹਾਨੂੰ ਪੂਰੇ ਪੰਜਾਬ 'ਚ ਗੇੜਾ ਮਾਰ ਲਓ, ਕਿਤੇ ਤੁਹਾਨੂੰ ਲੜਾਈ ਨਹੀਂ ਦਿਸੀ। ਇਹ ਜਿਹੜੀਆਂ ਇਹਨਾਂ ਨੇ ਗਲਾਈਆਂ ਉਹ ਇੱਕਾ ਦੁੱਕਾ ਕਹਾਣੀਆਂ ਨੇ, ਉਹ ਤਾਂ ਹੁਣ ਵੀ ਹੋ ਰਹੀਆਂ ਜੀ ਜੀ। ਲੇਕਿਨ ਆਮ ਲੋਕ ਜਿਹੜੇ ਆ ਉਹ ਸਿੱਖ ਭਾਈਚਾਰਾ ਵੀ ਅਤੇ ਹਿੰਦੂ ਭਾਈਚਾਰਾ ਵੀ, ਉਹਨਾਂ ਵਿੱਚ ਅਮਨ ਔਰ ਸ਼ਾਂਤੀ ਔਰ ਭਾਈਚਾਰਾ ਬਣਿਆ ਰਿਹਾ ਜੀ ਜੀ। ਕਿਉਂਕਿ ਇਹ ਇੱਕ ਰਵਾਇਤ ਸੀ ਪੰਜਾਬ ਦੀ, ਉਹ ਗੁਰੂਆਂ ਦੀ ਔਰ ਵੇਦਾਂ ਦੀ, ਇੱਥੇ ਵਿੱਦਿਆ ਜਿਹੜੀ ਆ ਉਹਨੇ ਸਿਖਾਇਆ ਸੀਗਾ ਲੋਕਾਂ ਨੂੰ, ਇਹ ਵਾਇਲੈਂਸ ਨਹੀਂ। ਓਕੇ ਪ੍ਰੋਫੈਸਰ, ਇਸ ਕਰਕੇ ਇਹ ਬਚਾਅ ਹੁੰਦਾ ਰਿਹਾ। ਉਮਾ ਜੀ ਕੁਛ ਕਹਿਣਾ? ਸ਼ਾਮ ਸਿੰਘ ਜੀ, ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਅਤੇ ਅਕਾਲੀ ਲੀਡਰਸ਼ਿਪ ਜਾਂ ਜੋ ਧਰਮ ਜਦੋਂ ਮੋਰਚਾ ਲਾਇਆ ਸੀ, ਇਹ ਸਾਂਝਾ ਮੋਰਚਾ ਸੀ ਜੀ ਜੀ। ਉਹ ਲੜਾਈ ਸੈਂਟਰ ਦੇ ਬਰਖਿਲਾਫ ਸੀ, ਨਾ ਕਿਸੇ ਕੌਮ ਦੇ ਬਰਖਿਲਾਫ ਸੀ, ਨਾ ਕਿਸੇ ਧਰਮ ਦੇ ਬਰਖਿਲਾਫ ਸੀ। ਹਾਂ, ਜ਼ੁਲਮ ਦੇ ਖਿਲਾਫ ਸੀ, ਭਾਵੇਂ ਉਹ ਸਿੱਖ ਕਰਦਾ ਸੀ ਅਤੇ ਭਾਵੇਂ ਉਹ ਹਿੰਦੂ ਕਰਦਾ ਸੀ, ਭਾਵੇਂ ਕੋਈ ਕਰਦਾ ਸੀ, ਜ਼ੁਲਮ ਦੇ ਖਿਲਾਫ ਉਹ ਸੰਤ ਜਰਨੈਲ ਸਿੰਘ ਕਿਸੇ ਨੂੰ। ਓਕੇ ਓਕੇ ਉਮਾ ਜੀ, ਅਸੀਂ ਇੱਕ ਸਵਾਲ ਆਪਣੇ ਦਰਸ਼ਕਾਂ ਲਈ ਇਹ ਵੀ ਤੁਹਾਡੇ ਕੋਲੋਂ ਜਾਣਨਾ ਚਾਹਾਂਗੇ ਕਿ ਜਦੋਂ ਉੱਥੇ ਸਾਰੀ ਸਿਖਰ 'ਤੇ ਪਹੁੰਚੀ ਲੜਾਈ ਜਿਹੜੀ ਹੈਗੀ, ਉਹ ਤੋਂ ਬਾਅਦ ਫੌਜ ਜਿਹੜੀ ਹੈਗੀ ਹੈ ਦਾਖਲ ਹੋ ਗਈ, ਇਹ ਵੀ ਕਿਹਾ ਗਿਆ ਕਿ ਵੀ ਜਿਹੜੇ ਰਵਾਇਤੀ ਲੀਡਰ ਸੀ ਉਸਨੇ ਮਿਲੀਟੈਂਟਸ ਜਿਹੜੇ ਦੋਸਤ ਅੰਦਰ ਜਿਹੜੇ ਜਿੱਦਾਂ ਦਾ ਵੀ ਖਾੜਕੂ ਹੋਰ ਸਾਰੇ ਸ਼ਾਮਿਲ ਸੀ, ਉਹਨਾਂ ਨੂੰ ਕਿਹਾ ਕਿ ਹੁਣ ਤੁਸੀਂ ਬਿਲਕੁਲ ਸੁਰੱਖਿਅਤ ਹੈਗੇ ਹੋ ਕਿ ਕਿਸੇ ਕਿਸਮ ਦਾ ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ, ਇਹ ਕਿਸ ਤਰ੍ਹਾਂ ਦੀ ਬੋਲ ਬਾਣੀ ਸੀ? ਨਹੀਂ, ਉਹ ਸਿੱਧੂ ਸਾਹਿਬ ਗੱਲ ਇਹ ਆ ਵੀ ਜਦੋਂ ਅਸੀਂ 6 ਜੂਨ 1984 ਨੂੰ ਸਾਨੂੰ ਅਰੈਸਟ ਕਰ ਲਿਆ ਨਾ ਜੀ, ਗੁਰੂ ਰਾਮਦਾਸ ਸਰਾਂ 'ਚ ਖਾਸ ਕਰਕੇ ਮਾਸਟਰ ਤਾਰਾ ਸਿੰਘ ਲੰਗਰਹਾਲ ਉਹਨੂੰ ਬੋਲਦੇ ਸੀ, ਸਮੁੰਦਰੀ ਹਾਲ 'ਤੇ ਸਰਾਂ ਦੀ ਬੈਕ ਸਾਈਡ 'ਤੇ ਸਮੁੰਦਰੀ ਹਾਲ ਦਾ ਸੈਂਟਰ ਪੈਂਦਾ, ਗੋਲੀਆਂ ਚੱਲ ਰਹੀਆਂ ਨੇ, ਸਾਡੇ ਸਾਹਮਣੇ ਸੰਤ ਲੌਂਗੋਵਾਲ ਟੌਹਰਾ ਸਾਹਿਬ ਹੱਥ ਖੜੇ ਕਰਕੇ ਆਏ ਆ, ਨਾਲ ਹੀ ਆ ਬਲਵੰਤ ਸਿੰਘ ਰਾਮੂਵਾਲੀ ਆ ਜੀ, ਅਤੇ ਟੌਹਰਾ ਸਾਹਿਬ ਅਤੇ ਲੌਂਗੋਵਾਲ ਸਾਹਿਬ ਨੇ ਅਸੀਂ ਪਾਣੀ ਦੀ ਤਿਪ ਤਿਪ ਨੂੰ ਕੌਮ ਜਿਹੜੀ ਉੱਥੇ ਮਰਨ ਡਈ ਸੀ, ਬੱਚੇ ਜਿਹੜੇ ਆ ਆਪਣੇ ਬਰੈਣ ਦਾ ਪਸੀਨਾ ਨਿਚੋੜ ਚੋੜ ਮਾਵਾਂ ਉਹਨਾਂ ਦੇ ਮੂੰਹ ਨੂੰ ਲਾ ਕੇ ਆਪਣੇ ਬੱਚਿਆਂ ਦੀਆਂ ਉਮਰਾਂ ਜਿਹੜੀਆਂ ਕਰਨ ਡਏ, ਕਈ ਵਿਲਕਦੇ ਮਰ ਗਏ ਇਹ, ਪਰ ਇਹਨਾਂ ਟੌਹਰਾ ਸਾਹਿਬ ਰਾਮੂਵਾਲੀਆ ਸਾਹਿਬ ਅਤੇ ਜਿਹੜੇ ਆ ਲੌਂਗੋਵਾਲ ਸਾਹਿਬ ਇਹਨਾਂ ਫੌਜੀਆਂ ਹੱਥੋਂ ਦਹੀਂ ਨਾਲ ਪੂੜੀਆਂ ਖਾਧੀਆਂ ਸਾਡੇ ਸਾਹਮਣੇ, ਜਦੋਂ ਕਿ ਕੌਮ ਤਿਪ ਤਿਪ ਲਈ ਉੱਥੇ ਜਿਹੜੇ ਗ੍ਰਿਫਤਾਰੀਆਂ ਜਿਹੜੇ ਨੌਜਵਾਨ ਅਤੇ ਬੱਚੇ ਜਿਹੜੇ ਆ ਉਹ ਪਾਣੀ ਲਈ ਮਰ ਰਹੇ ਸੀ ਜੀ। ਉਸ ਵੇਲੇ ਸਰਦਾਰ ਬਲਵੰਤ ਸਿੰਘ ਰਾਮੂਵਾਲੀਆ ਦੀ ਸਾਨੂੰ ਇਹ ਗੱਲ ਅੱਜ ਤੱਕ ਸਮਝ ਨਹੀਂ ਆਈ
कि उन्हां दा जिहड़े हाव भाव अंदाज वह एक अकाली आगू वाला नहीं सी, एक फौजी अफसर वाला सी जी। असी 250 बंदा जिहड़ा अरैसट होए सी असी उस वेले सरां दे विच, रामोवालिया साहब ने उस वेले भी साडे ते भाषण झाड़िया जिवें मंजी साहब झाड़दा सी कि तुसीं हुण बदाम दी गिरी वांग महफूज जे, हुण तुहाडा जिहड़ा वा वाल विंगा नहीं हो सकदा। ਇਹ ਉਹਦੀ ਸਪੀਚ, ਇਹ ਉਹਦਾ ਜਿਹੜਾ ਵਾ ਬੋਲ ਪਾਣੀ ਸਾਡੀ ਅੱਜ ਵੀ ਸਮਝ ਤੋਂ ਬਾਹਰ ਆ ਵੀ ਉਹ ਕਿਹੜੇ ਅਧਿਕਾਰ ਖੇਤਰ ਨਾਲ ਬੋਲਿਆ। ਜਦੋਂ ਸਾਨੂੰ ਪਤਾ ਸੀ, ਸਾਨੂੰ ਇਹ ਨਹੀਂ ਪਤਾ ਵੀ ਘੜੀ 'ਚ ਹੁਣ ਸਾਨੂੰ ਸ਼ੂਟ ਕਰ ਦੇਣਾ, ਘੜੀ ਨੂੰ ਸ਼ੂਟ ਕਰ ਦੇਣਾ, ਕੀ ਹੋ ਜਾਣਾ। ਇਹ ਵੀ ਕਿਹੜੀ ਇਹ ਵੀ ਹੋ ਸਕਦਾ ਕਿ ਉਹਨਾਂ ਨੇ ਤੁਹਾਨੂੰ ਹੌਸਲਾ ਬਣਾਉਣ ਲਈ ਕਿ ਇਹੋ ਜਿਹੀ ਸਿਚੁਏਸ਼ਨ ਹੈ ਤਾਂ ਇਹ ਗੱਲ ਕਹੀ। ਬਿਲਕੁਲ ਜੀ, ਉਹ ਸਾਡੇ ਵਾਂਗੂ ਉਹ ਵੀ ਕਹਿੰਦੀ ਸੀ, ਉਹਦੇ ਕੋਲ ਕੀ ਪਾਵਰ ਸੀ, ਸਾਡੇ ਕੋਲ ਕੋਈ ਅਧਿਕਾਰ ਨਹੀਂ ਸੀ। ਪਰ ਇੱਕ ਗੱਲ ਇਹ ਵੀ ਓਕੇ ਭੁੰਮਾ ਜੀ, ਮੈਂ 5 ਸਾਲ ਜੀ 5 ਸਾਲ ਜੋਧਪੁਰ ਜੇਲ੍ਹ 'ਚ ਰਹੇ ਹਾਂ। ਓਕੇ ਭੁੰਮਾ ਜੀ, ਮੈਂ ਜੋਧਪੁਰ ਰਾਮੂਵਾਲੀਆ ਇੱਕ ਘੰਟਾ, ਇੱਕ ਦਿਨ, ਇੱਕ ਮਹੀਨਾ, ਇੱਕ ਸਕਿੰਟ ਕਿਸੇ ਪੰਜਾਬ ਦੀ ਜੇਲ੍ਹ 'ਚ ਨਹੀਂ। ਓਕੇ ਓਕੇ ਓਕੇ, ਹੁਣ ਵਕਤ ਹੈ ਕਿ ਛੋਟੇ ਜਿਹੇ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਇਸ ਨਾਜ਼ੁਕ ਮੁੱਦੇ 'ਤੇ ਅਸੀਂ ਮਹਿਮਾਨਾਂ ਦੇ ਨਾਲ ਚਰਚਾ ਇਸੇ ਤਰੀਕੇ ਜਾਰੀ ਰੱਖਾਂਗੇ। ਗਲੋਬਲ ਪੰਜਾਬ ਟੀਵੀ ਤੇ ਦਰਸ਼ਕਾਂ ਦਾ ਮੁੜ ਇੱਕ ਵਾਰ ਸਵਾਗਤ ਹੈ। ਰਤਨ ਜੀ, ਆਪਾਂ ਜਿਸ ਤਰ੍ਹਾਂ ਚਰਚਾ ਕਰ ਰਹੇ ਸੀ ਬ੍ਰੇਕ ਤੋਂ ਪਹਿਲਾਂ, ਇੱਕ ਇਹ ਵੀ ਕੁਐਸਚਨ ਵਾਰ ਵਾਰ, ਕਿਉਂਕਿ ਪ੍ਰਸ਼ਾਸਨ ਦੇ ਨਾਲ ਸਿੱਧੇ ਤੌਰ 'ਤੇ ਵਾਸਤਾ ਗੱਲ ਹੈਗੀ ਹੈ ਕਿ ਵੀ ਜਦੋਂ ਫੌਜ ਨੇ ਅਟੈਕ ਕੀਤਾ ਤਾਂ ਅਚਾਨਕ ਕੀਤਾ ਗਿਆ, ਉਸ ਤੋਂ ਪਹਿਲਾਂ ਕੋਈ ਵਾਰਨਿੰਗ ਨਹੀਂ ਦਿੱਤੀ ਗਈ ਕਿ ਵੀ ਜੇ ਬਾਹਰ ਆਉਣਾ ਚਾਹੁੰਦੇ ਤਾਂ ਬਾਹਰ ਆ ਜਾਓ ਤੁਸੀਂ, ਕਿਉਂਕਿ ਬੇਸ਼ੱਕ ਉਹਨਾਂ ਦਿਨਾਂ 'ਚ ਸਿੱਧੇ ਤੌਰ 'ਤੇ ਨਹੀਂ ਸੀ, ਪਰ ਕਿਉਂਕਿ ਪ੍ਰਸ਼ਾਸਨ 'ਚ ਘੁੰਮ ਘੁੰਮ ਆ ਕੇ ਜਾਣਕਾਰੀ ਆਉਂਦੀ ਹੈ, ਤੁਸੀਂ ਕੀ ਕਹੋਗੇ? ਨਹੀਂ, ਉਹਦੇ ਇਹ ਗੱਲ ਨਹੀਂ ਕਹੀ ਜਾ ਸਕਦੀ ਕਿ ਕੋਈ ਵਾਰਨਿੰਗ ਨਹੀਂ ਸੀ ਦਿੱਤੀ ਜੀ, ਕਿ ਜਿੱਥੋਂ ਤੱਕ ਮੈਨੂੰ ਪਤਾ ਹੈ ਕਿ ਡਿਪਟੀ ਕਮਿਸ਼ਨਰ ਉਸ ਵੇਲੇ ਵਾ ਸਾਡੇ ਵਨ ਆਫ ਦੀ ਬੈਸਟ ਕੁਲੀਗਸ ਜਿਹੜਾ ਸੀ, ਉਹਨੇ ਖੁਦ ਦੱਸਿਆ ਮੈਨੂੰ ਕਿ ਜਿਹੜੀ 5 ਤਰੀਕ ਸ਼ਾਮ ਨੂੰ ਜਾਂ 6 ਤਰੀਕ ਸਵੇਰੇ, ਮੈਂ ਐਗਜੈਕਟ ਨਹੀਂ ਮੈਨੂੰ ਡੇਟ ਪਤਾ, ਕਈ ਵਾਰੀ ਅਨਾਊਂਸਮੈਂਟਸ ਕੀਤੀਆਂ ਗਈਆਂ, ਔਰ ਕੁੱਲ ਮਿਲਾ ਕੇ ਭੋਮਾ ਸਾਹਿਬ ਜਿਵੇਂ ਕਹਿੰਦੇ ਕਿ 250 ਬੰਦੇ ਗ੍ਰਿਫਤਾਰ ਕੀਤੇ ਗਏ, 1800 ਬੰਦਾ ਗ੍ਰਿਫਤਾਰ ਕੀਤਾ ਗਿਆ ਸੀ। ਓਕੇ, 1800 ਬੰਦਾ ਗ੍ਰਿਫਤਾਰ ਕੀਤਾ? ਨਹੀਂ ਜੀ, ਨਹੀਂ, ਦਰਬਾਰ ਸਾਹਿਬ ਦੇ ਵਿੱਚ ਅੰਦਰੋਂ ਹੀ, ਬਾਹਰ ਵੀ ਨਹੀਂ, ਇੱਕ ਉਹਨਾਂ ਨੂੰ ਗ੍ਰਿਫਤਾਰ ਕਿਹਾ ਗਿਆ ਔਰ ਬਾਹਰ ਆਏ ਯਾਤਰੂ ਸਾਰੇ ਪਿੰਡਾਂ ਦੇ ਵਿੱਚ। ਰਤਨ ਜੀ, ਇਹ ਕਿਹਾ ਜਾਂਦਾ ਕਿ ਜਿਹੜੇ ਉੱਥੇ ਲੋਕ ਫੜੇ ਗਏ ਉਹਨਾਂ ਨੂੰ ਸਾਰੇ ਟੈਰਰਿਸਟਾਂ ਦਾ ਠੱਪਾ ਲਾ ਕੇ ਵਾਪਸ? ਬਿਲਕੁਲ ਨਹੀਂ, ਸਿਰਫ 250 ਕਿ 300 ਜੀ ਜਿਨ੍ਹਾਂ ਦੀ ਆਈਡੈਂਟੀਫਿਕੇਸ਼ਨ ਨਹੀਂ ਸੀ ਹੋ ਸਕੀ ਜਾਂ ਜਿਨ੍ਹਾਂ ਨੇ ਆਪਣੀ ਆਈਡੈਂਟੀਫਿਕੇਸ਼ਨ ਕਰਾਉਣ ਤੋਂ ਇਨਕਾਰ ਕਰ ਦਿੱਤਾ ਸੀ, ਕਿਉਂਕਿ ਬਾਕੀ ਸਭ ਨੇ ਆਪਣੇ ਆਪਣੇ ਪਿੰਡਾਂ ਦੇ ਐਡਰੈਸ ਦੱਸੇ, ਨਾਂ ਦੱਸੇ, ਤਾਂ ਕਿਤੇ 24 ਘੰਟੇ ਦੇ ਵਿੱਚ ਉਹ ਸਾਰੇ ਕਨਫਰਮ ਕੀਤੇ ਗਏ ਔਰ ਉਹਨਾਂ ਨੂੰ ਵਾਪਸ ਭੇਜਿਆ ਗਿਆ, 1500 ਤੋਂ ਵੱਧ ਜੀ, ਅਤੇ ਜਿਨ੍ਹਾਂ ਨੇ ਨਹੀਂ ਆਪਣੀ ਆਈਡੈਂਟੀਟੀ ਦੇ ਸਕੇ ਸਨ ਉਹ ਡਿਟੇਨ ਕੀਤੇ ਗਏ ਔਰ ਉਹਨਾਂ ਨੂੰ ਜੋਧਪੁਰ ਭੇਜਿਆ ਗਿਆ। ਤੁਸੀਂ ਕੀ ਕਹਿੰਦੇ? ਸ੍ਰੀ ਰਤਨ ਜੀ ਦੀਆਂ ਇਹਨਾਂ ਗੱਲਾਂ ਨਾਲ ਸਹਿਮਤ ਨਹੀਂ ਹੈਗਾ ਜੀ ਕਿ ਕੋਈ ਅਲਟੀਮੇਟਮ ਦਿੱਤਾ ਗਿਆ ਜਾਂ ਕੋਈ ਵਾਰਨਿੰਗ ਦਿੱਤੀ। ਜਿਹੜੇ ਵੀ ਸਿੰਘ ਬੀਬੀਆਂ ਬੱਚੇ ਫੜੇ ਗਏ ਆ ਉਹ ਜਦੋਂ ਫੌਜ ਨੇ ਅਟੈਕ ਕੀਤਾ ਵਾ ਉਹ 6 ਜੂਨ ਨੂੰ ਫੜੇ ਗਏ, ਕੋਈ 7 ਜੂਨ ਨੂੰ ਫੜੇ ਗਏ, ਉਹ ਉਹਨਾਂ ਦੀ ਇਹ ਗੱਲ ਕਰਨ ਡਏ ਆ ਅਤੇ ਉਹ ਜਿਹੜਾ ਜਿਹੜੇ ਸਾਰੇ ਅੰਦਰ ਸੀ, ਅੰਦਰੇ ਸੀ ਉਹ ਫੌਜੀ ਅਟੈਕ ਨਾਲ ਜਦੋਂ ਇਹਨਾਂ ਜਿਹੜਾ ਵਾ ਫੌਜੀ ਟੈਂਕ ਆ ਗਏ ਆ, ਬਖਤਰਬੰਦ ਗੱਡੀਆਂ ਆ ਗਈਆਂ, ਉਦੋਂ ਜਿਹੜਾ ਇਹਨਾਂ ਅਰੈਸਟ ਕੀਤੇ ਆ। ਪਰ ਜਿਸ ਤਰ੍ਹਾਂ ਇਹਨਾਂ ਗ੍ਰਿਫਤਾਰ ਕੀਤਾ, ਮੈਂ ਤੁਹਾਨੂੰ ਉਹ ਦਾਸਤਾਨ ਜਿਹੜੀ ਆਪਣੀ ਦੱਸਦਾ, ਜਦੋਂ ਜਿਹਨੂੰ ਸਾਨੂੰ ਸਰਾਂ ਦੇ ਵਿੱਚ ਪਾਣੀ ਵਾਲੀ ਟੈਂਕੀ ਰਾਹੀਂ ਬਾਹਰ ਕੱਢਿਆ ਗਿਆ ਵਾ, ਅਤੇ ਫੌਜੀਆਂ ਦੀਆਂ ਜਿਹੜੀਆਂ ਨੇ ਉਹ ਦੁਆਰਾਂ ਬਣੀਆਂ ਸੀ ਫੌਜੀ ਨਾਲ, ਜਿਹਨੂੰ ਆਪਾਂ ਕੰਧ ਨਾ ਕੰਧ ਕਹਿ ਦਿੰਦੇ ਹਾਂ, ਮੁੜ ਨਾ, ਇਹਨਾਂ ਲੋਹੇ ਦੇ ਸਰੀਏ ਫੜੇ ਸੀ ਫੌਜੀਆਂ ਨੇ। ਜਦੋਂ ਅਸੀਂ ਵਿੱਚੋਂ ਦੀ ਇਹਨਾਂ ਦੇ ਲੰਘ ਕੇ ਬਾਹਰ ਸਰਾਂ ਦੇ ਗੇਟ 'ਤੇ ਬੱਸਾਂ ਲੱਗੀਆਂ ਸੀ ਜਿਨ੍ਹਾਂ 'ਚ ਇਹਨਾਂ ਸਾਨੂੰ ਬਿਠਾਉਣਾ ਸੀ ਜੀ, ਅਤੇ ਜਦੋਂ ਸਾਨੂੰ ਇਹ ਵਿੱਚੋਂ ਦੀ ਅਸੀਂ ਲੰਘਦੇ ਸੀ ਇਹਨਾਂ ਸਰੀਏ ਜਿਹੜੇ ਮੋਟੇ ਫੜੇ ਸੀ, ਸਾਨੂੰ ਇਹ ਸਰੀਏ ਦੇ ਨਾਲ ਕੁੱਟ 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 ਇਕੱਲਾ ਇਕੱਲਾ ਫੌਜੀ ਜਿਹੜਾ, ਹਰੇਕ ਫੌਜੀ ਕੁੱਟ 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 ਕੇ ਇਹਨਾਂ ਸਾਨੂੰ ਜਿਹੜਾ ਵਾ ਬੱਸ 'ਚ ਵੀ ਫੌਜੀਆਂ ਨੇ ਜਿਹਨਾਂ ਸਾਨੂੰ ਸਰੀਆਂ ਦੇ ਨਾਲ ਕੁੱਟਿਆ। ਸਭ ਤੋਂ ਜਿਹੜੀ ਮਾੜੀ ਗੱਲ ਹੈ, ਇੱਕ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਦਾ ਇਤਿਹਾਸ ਪੜ੍ਹਿਆ ਕਿ ਜਦੋਂ ਉਹਨੂੰ ਗ੍ਰਿਫਤਾਰ ਕੀਤਾ ਵਾ ਅਤੇ ਹਾਥੀਆਂ 'ਤੇ ਉਹਨੂੰ ਬੰਨ੍ਹ ਕੇ ਪਿੰਜਰੇ 'ਚ ਜਦੋਂ ਦਿੱਲੀ ਨੂੰ ਖੜਿਆ ਵਾ ਅਤੇ ਉਸ ਵੇਲੇ ਜਿਹੜਾ ਵਾ ਮੁਸਲਮਾਨਾਂ ਨੇ ਜਿਹੜਾ ਵਾ ਇੱਡੂ ਬਣਾ ਕੇ ਬਾਬੇ ਬੰਦੇ ਬਹਾਦਰ ਦੀ ਜਿਹੜੀ ਆ ਕੀਤੀ ਬੰਦ ਪਿੰਜਰੇ 'ਚ। ਜਦੋਂ ਅਸੀਂ ਬੱਸਾਂ ਦੇ ਵਿੱਚ ਬੰਦ ਸੀ, ਫੌਜੀਆਂ ਨੇ ਸਾਨੂੰ ਗ੍ਰਿਫਤਾਰ ਕਰਕੇ ਜਿਹੜਾ ਵਾ ਫੌਜੀ ਕੈਂਪਾਂ ਨੂੰ ਲਿਜਾਇਆ ਜਾ, ਪਰ ਸਾਨੂੰ ਨਹੀਂ ਸੀ ਪਤਾ ਵੀ ਸਾਨੂੰ ਫੌਜੀ ਕੈਂਪਾਂ ਨੂੰ ਲਿਜਾਓਗੇ। ਅਸਲ ਵਿੱਚ ਗੱਲ ਇਹ ਆ ਭਈ, ਪੰਜਾਬ ਕਈ ਵਾਰ ਜ਼ਖਮੀ ਹੋਇਆ, ਕਈ ਵਾਰ ਮਰਿਆ, ਇਸ ਘਟਨਾ 'ਚ ਵੀ ਇਹ ਵੱਡਾ ਸਾਕਾ ਜਿਹੜਾ ਨਾ, ਇਹ ਪੰਜਾਬ ਦੇ ਜਿਹੜੇ ਦੋਵੇਂ ਭਾਈਚਾਰੇ ਆ ਇਹਨਾਂ ਦੇ ਜਿੰਨੇ ਵੀ ਬੰਦੇ ਮਾਰੇ ਆ ਆਪੋ ਆਪਣੀ ਧਿਰ ਦੇ ਉਹ ਸ਼ਹੀਦ ਨੇ ਜੀ, ਕਿਉਂਕਿ ਪੰਜਾਬ ਲਈ ਉਹ ਲੜੇ ਨੇ, ਚਾਹੇ ਉੱਧਰ ਨੇ ਚਾਹੇ ਇੱਧਰ ਨੇ। ਇਹ ਜਿਹੜੀ ਗੱਲ ਇਹਨਾਂ ਨੇ ਕਹੀ ਆ, ਇਹ ਇੱਕ ਦੂਜੇ ਨੂੰ ਖਿਜਾਣ ਦੀ ਗੱਲ ਜਿਹੜੀ ਸ਼ਬਦਾਂ ਤੋਂ ਸ਼ੁਰੂ ਹੋਈ ਸੀ ਉਹ ਉਹਨਾਂ ਨੂੰ ਇਹ ਲਾਜ਼ਮੀ ਤੌਰ 'ਤੇ ਆ ਵੀ ਜਿਹੜੇ ਤੰਗ ਸੀਗੇ ਉਦੋਂ ਜ਼ਿਆਦਾ ਹਿੰਦੂ ਮਾਰੇ ਗਏ। ਓਕੇ, ਸਾਫ਼ ਗੱਲ ਹੈ ਉਹਨਾਂ ਦਿਨਾਂ ਵਿੱਚ ਹਿੰਦੂ ਜ਼ਿਆਦਾ ਮਾਰੇ ਗਏ, ਅਤੇ ਹਿੰਦੂਆਂ ਨੂੰ ਮਾਰਨ
ਲਈ ਦੋਸ਼ੀ ਸਿੱਖਾਂ ਨੂੰ ਠਹਿਰਾਇਆ ਗਿਆ। ਠੀਕ ਹੈ ਨਾ, ਇਹ ਨਫ਼ਰਤ ਦੀ ਵਜ੍ਹਾ ਸੀ ਕਿ ਗੁਰਦੁਆਰਿਆਂ 'ਤੇ ਅਟੈਕ ਹੋਏ, ਵੱਖ ਵੱਖ ਪੰਜਾਬ ਦੇ ਸਾਰੇ ਗੁਰਦੁਆਰਿਆਂ 'ਤੇ ਅਟੈਕ, ਜੀ ਜੀ, ਔਰ ਉੱਥੇ ਵੀ ਲੋਕਾਂ ਨੂੰ ਤੰਗ ਕੀਤਾ ਗਿਆ, ਜਿਵੇਂ ਇਹ ਹਰਿਮੰਦਰ ਸਾਹਿਬ ਦੀ ਕਥਾ ਦੱਸ, ਇੱਥੋਂ ਤੱਕ ਇੱਥੋਂ ਤੱਕ ਕਿ ਫੌਜੀ ਜਿਹਨਾਂ ਨੂੰ ਇਹ ਟ੍ਰੇਨਿੰਗ ਦਿੱਤੀ ਜਾਂਦੀ ਹੈ ਵੀ ਤੁਸੀਂ ਭਾਵਨਾਵਾਂ ਦੇ ਬਹਿਣ 'ਚ ਨਹੀਂ ਬਹਿਣਾ, ਉਹ ਵੀ ਆਪਣੀਆਂ ਬੈਰਕਾਂ ਛੱਡ ਕੇ ਇਸ ਇਸ਼ੂ 'ਤੇ ਬਾਹਰ ਆਏ ਪੰਜਾਬ ਵੱਲ। ਰਤਨ ਜੀ, ਮੈਂ ਆਪਣੇ ਦਰਸ਼ਕਾਂ ਲਈ ਖਾਸ ਤੌਰ 'ਤੇ ਤੁਹਾਡੇ ਕੋਲ ਇਸ ਗੱਲ ਲਈ ਜਾਣਨਾ ਚਾਹੁੰਦਾ ਕਿ 6 ਜੂਨ ਜਿਹੜਾ ਹੈਗਾ ਆਪਰੇਸ਼ਨ ਨੀਲਾ ਤਾਰਾ ਮੁਕੰਮਲ ਹੋ ਗਿਆ, ਉਸ ਤੋਂ ਬਾਅਦ ਜਿਹੜੇ ਉੱਥੇ ਸਾਰਾ ਦਰਦਨਾਕ ਸੀਨ ਸੀ, ਜੋ ਕੁਛ ਵਰਤਾਰਾ ਤੁਸੀਂ ਦੇਖਿਆ, ਅਸੀਂ ਜਾਣਨਾ ਚਾਹੁੰਦੇ ਹਾਂ ਕਿ 7 ਜੂਨ ਨੂੰ ਕਿਹੋ ਜਿਹੇ ਹਾਲਾਤ ਸੀ? ਨਹੀਂ ਦੇਖੋ, ਮੈਂ 7 ਜੂਨ ਨੂੰ ਤਾਂ ਮੈਨੂੰ ਹੁਕਮ ਹੋਇਆ ਜਲੰਧਰੋਂ ਕਿ ਅੰਮ੍ਰਿਤਸਰ ਪਹੁੰਚੋ ਜੀ, ਅਤੇ ਮੈਂ ਉੱਥੇ ਕਰ ਜਾਣ ਬਾਅਦ ਤਿਆਰੀ ਕਰ ਲਈ, ਚੀਫ ਸੈਕਟਰੀ ਨੂੰ ਕਹਿਤਾ ਕਿ ਮੈਂ ਜੀ 2 ਘੰਟੇ 'ਚ ਪਹੁੰਚ ਜਾਵਾਂਗਾ ਜੀ, ਪਰ ਮੇਰੇ DC ਉੱਥੇ ਕਹਿੰਦੇ ਸਰ ਤੁਸੀਂ ਨਿਕਲ ਹੀ ਨਹੀਂ ਸਕਦੇ, ਰਸਤਾ ਕਿੱਥੇ ਮਿਲੇਗਾ ਤੁਹਾਨੂੰ ਜੀ, ਮੈਨੂੰ ਇੰਤਜ਼ਾਮ ਕਰਨ ਤੋਂ 8 ਤਰੀਕ ਸਵੇਰੇ ਮੈਂ, ਮਤਲਬ ਸਥਿਤੀ ਇਹ ਸੀ ਕਿ ਜਿਹੜਾ ਸਿਵਲ ਪ੍ਰਸ਼ਾਸਨ ਦਾ ਸੀਨੀਅਰ ਅਧਿਕਾਰੀ ਹੈ ਉਹ ਵੀ ਫੌਜ ਦੀ ਇਜਾਜ਼ਤ ਦੇ ਨਾਲ ਵੀ ਨਹੀਂ ਸੀ ਜਾ ਸਕਦਾ, ਨਹੀਂ ਸੀ ਜਾ ਸਕਦਾ। ਮੈਂ ਦੱਸਦਾ ਨਾ, ਮੈਂ ਇਹ ਸਾਰੀਆਂ ਸਥਿਤੀਆਂ ਕਿਉਂਕਿ ਉਹ ਉਂਝ ਨਹੀਂ ਸੀ ਲਿਖ ਸਕਦਾ, ਅਤੇ ਮੈਂ ਆਪਣੀਆਂ 2 ਕਹਾਣੀਆਂ 'ਚ ਫਿਕਸ਼ਨਲ ਇਸ ਫੋਰਮ ਦੇ ਵਿੱਚ ਲਿਖੀਆਂ ਹੋਈਆਂ ਨੇ, ਪਰ ਜੋ ਲਿਖੀਆਂ ਸਥਿਤੀਆਂ ਉਹ ਸਾਰੀਆਂ ਰੀਅਲ। ਚਲੋ ਬਰੀਫ ਦੇ ਵਿੱਚ ਜਿਹੜਾ ਹੈ ਰਤਨ ਜੀ, ਅਸੀਂ ਜਾਣਨਾ ਚਾਹੁੰਦੇ, ਮੈਂ ਸਿਰਫ ਤੁਹਾਨੂੰ ਇਹਨਾਂ ਦੱਸਦਾ ਕਿ ਮੈਂ ਸਵੇਰੇ 6:10 'ਤੇ ਜੀ ਜਲੰਧਰ ਤੋਂ ਤੁਰਿਆ, ਇਹ ਸੋਚ ਕੇ ਕਿ ਸਰਕਟ ਹਾਊਸ ਅੰਮ੍ਰਿਤਸਰ 1.5 ਘੰਟੇ 'ਚ ਪਹੁੰਚ ਕੇ ਅਤੇ ਉੱਥੇ ਜਾ ਕੇ ਚਾਹ ਪਹਿਨਾਂਗਾ, ਨਹਾਵਾਂ ਧੋਵਾਂਗਾ ਜੀ ਜੀ। ਮੈਂ ਉੱਥੇ 10:30 ਪੁੱਜ ਸਕਿਆ, ਰਸਤੇ 'ਚ ਬੈਰੀਅਰਸ ਆਰਮੀ ਦੇ ਲੱਗੇ ਹੋਏ, ਕਸਟਮ ਜੋ ਕੁਝ ਹੋਇਆ, ਕਿੰਨਾ ਕਿੰਨਾ ਟਾਈਮ ਲੱਗਦਾ ਰਿਹਾ, ਔਰ ਮੇਰੇ ਨਾਲ ਫੌਜ ਦੀ ਐਸਕੋਟ ਸੀ, ਇੱਕ ਜੀਪ ਪਾਇਲਟ ਜੀਪ ਅੱਗੇ ਚੱਲ ਰਹੀ ਸੀ, ਇੱਕ ਜੀਪ ਪਿੱਛੇ ਸੀ ਜਿਹਦੇ 'ਚ JCO ਕਮਾਂਡ ਕਰ ਰਿਹਾ ਸੀ, 11 ਫੌਜੀ ਹਥਿਆਰਬੰਦ ਨਾਲ ਸਨ, ਔਰ ਮੇਰੀ ਕਾਰ ਵਿੱਚ ਕਾਰ ਸੀ। ਉਸ ਦੇ ਬਾਵਜੂਦ ਬਿਆਸ ਦੇ ਪੁਲ ਨੂੰ ਮੈਂ ਟੱਪਣ ਦੇ ਵਿੱਚ ਮੈਨੂੰ 1 ਘੰਟਾ ਲੱਗਾ, ਮੈਨੂੰ ਲੰਘਣ ਨਹੀਂ ਦਿੱਤਾ। ਇਹਨਾਂ ਸਾਰੇ ਪੰਜਾਬ ਦਾ ਸਾਹ ਬੰਦ ਕਰ ਦਿੱਤਾ ਗਿਆ ਸੀ, ਬਿਲਕੁਲ ਉਹ ਰੋਕਿਆ ਹੋਇਆ ਸੀ, ਉਹ ਤਾਂ ਉਹੀ ਹਾਲ ਸੀ, ਮੈਨੂੰ ਲੱਗਦਾ ਸੀ ਜਿਵੇਂ ਆਪਾਂ ਵੈਸਟਰਨ ਫਿਲਮਾਂ ਵੇਖਦੇ ਹਾਂ ਨਾ ਸੈਕਿੰਡ ਵਰਲਡ ਵਾਰ ਦੀਆਂ, ਕਿ ਕਿਸ ਤਰ੍ਹਾਂ ਡਿਵਾਸਟੇਸ਼ਨ ਹੋਈ ਪਈ, ਕਿਸ ਤਰ੍ਹਾਂ ਆਰਮੀ ਖੜ੍ਹੀ ਹੈ, ਉਹ ਹਾਲ ਸੀ ਉੱਥੇ ਬਿਲਕੁਲ। ਤਾਂ ਉੱਥੇ ਇਹ ਉਸ 'ਤੇ ਪਹੁੰਚੇ, 15 ਮਿੰਟ ਬਾਅਦ ਹੀ ਅਸੀਂ ਸਾਰੇ ਜਣੇ ਦਰਬਾਰ ਸਾਹਿਬ ਵੱਲ ਤੁਰ ਪਏ, ਘੰਟੇ ਘਰ ਚਲੇ ਗਏ, ਚੀਫ ਸੈਕਟਰੀ ਸਨ, ਮੈਂ ਸਾਂ, ਡਿਪਟੀ ਕਮਿਸ਼ਨਰ ਸੀ, ਕਾਰਪੋਰੇਸ਼ਨ ਕਮਿਸ਼ਨਰ ਸੀ, ਸਾਰੇ ਜਣੇ ਉੱਥੇ ਚਲੇ ਗਏ। ਜਾ ਕੇ ਬਹੁਤ ਦਰਦਨਾਕ ਸੀਨ ਦੇਖੇ, ਅਸੀਂ ਭਾਵਨਾ ਵੱਸ ਸਾਰੇ ਅਫਸਰ ਪੈ ਜੁੱਤੀਆਂ ਲਾ ਕੇ ਅੰਦਰ ਜਾਣ ਲੱਗੇ, ਸਾਨੂੰ ਫੌਜੀ ਅਫਸਰਾਂ ਨੇ ਕਿਹਾ ਵੀ ਉੱਥੇ ਰੱਖੇ ਹੋਏ ਸਨ ਉਹਨੇ ਰਬੜ ਦੀਆਂ ਚੱਪਲਾਂ, ਕਿ ਜੀ ਇਹ ਪਾ ਲਓ, ਉਹ ਪਰ ਉਹ ਸੰਸਕਾਰਾਂ ਦਾ ਬੋਝ ਕਿ ਅਸੀਂ ਸਾਰਿਆਂ ਨੇ ਉਹ ਪਾਏ ਨਹੀਂ, ਪਰ ਜਿਸ ਵੇਲੇ 10 ਕਦਮ ਹੀ ਤੁਰ ਕੇ ਦੇਖੇ ਕਿ ਕਿੱਥੇ ਫਸ ਗਏ, ਇੱਧਰ ਖੂਨ, ਇੱਧਰ ਖੂਨ, ਉੱਧਰ ਸ਼ੀਸ਼ਾ, ਉੱਧਰ ਸਾਰਾ ਦਰਬਾਰ ਸਾਹਿਬ ਲੱਥ ਪੱਥ ਸੀਗਾ, ਸਰੋਵਰ ਦੇ ਵਿੱਚ ਵੀ ਲਾਸ਼ਾਂ ਤਰ ਰਹੀਆਂ ਸਨ, ਔਰ ਚੁੱਕਣ ਵਾਸਤੇ ਜਿਹੜੇ ਮੁੰਡਿਆਂ ਨੂੰ ਦਿੱਤਾ ਉਹ ਕਈ ਮੁੰਡੇ ਫੇਂਟ ਹੋ ਗਏ, ਉਹਨਾਂ ਨੇ ਲਾਸ਼ਾਂ ਉਹ ਚੁੱਕ ਨਹੀਂ ਸਕੇ, ਦੇਖ ਨਹੀਂ ਸਕੇ, ਹਾਲਾਂਕਿ 100 ਰੁਪਈਆ ਪਰ ਲਾਸ਼ ਮਿਊਂਸਪਲ ਕਮੇਟੀ ਨੇ ਦਿੱਤਾ, ਉਹਨਾਂ ਨੂੰ ਪੇ ਕੀਤਾ, ਪਰ ਉਹ ਉਲਟੀਆਂ ਕਰਨ ਲੱਗ ਪਏ, ਫੇਂਟ ਹੋ ਗਏ, ਲਾਸ਼ਾਂ ਦਾ ਰੂਪ ਇਸ ਤਰ੍ਹਾਂ ਵਿਗੜਿਆ ਪਿਆ ਸੀ ਜੀ ਜੀ। 8 ਤਰੀਕ ਨੂੰ ਜਦੋਂ ਅਸੀਂ ਘੰਟੇ ਘਰ ਪਹੁੰਚੇ ਹਾਂ, ਉੱਥੇ ਵੱਡਾ ਸਾਰਾ ਨੋਟਿਸ ਬੋਰਡ ਲੱਗਾ ਸੀ ਜਿਹਦੇ 'ਤੇ ਇੰਸਟਰਕਸ਼ਨ ਸਨ ਫੌਜੀਆਂ ਵਾਸਤੇ ਕਿ ਕੋਈ ਵੀ ਫੌਜੀ ਜੁੱਤੀਆਂ ਸਮੇਤ ਅੰਦਰ ਨਹੀਂ ਜਾਏਗਾ ਜੀ ਜੀ। ਉਹਨਾਂ ਕੈਨਵਸ ਸ਼ੂਜ਼ ਰੱਖੇ ਸਨ ਉਹ ਪਾ ਕੇ ਚਲੋ ਅੰਦਰ। ਓਕੇ ਓਕੇ ਰਤਨ ਜੀ, ਤੁਹਾਨੂੰ ਲੱਗਦਾ ਕਿ ਫੌਜ ਨੂੰ ਜਾਬਤੇ 'ਚ ਰੱਖਿਆ ਗਿਆ, ਲਾਸਟ ਕਮੈਂਟ ਜਿਹੜਾ ਹੈਗਾ? ਅੱਛਾ, ਮੈਂ ਇੱਕ ਗੱਲ ਮੈਂ ਜ਼ਰੂਰ ਕਹਿਣੀ ਚਾਹੁੰਦਾ, ਬਿਲਕੁਲ ਬਿਲਕੁਲ ਲਾਸਟ ਹੈ ਕਿ ਬੜੀ ਫੈਲਾਈ ਹੋਈ ਹੈ ਕਿ ਜੀ 10,000 ਬੰਦਾ ਮਰ ਗਿਆ, ਕਿ ਜੀ 20,000 ਮਰ ਗਿਆ, ਉਹ ਹੋ ਗਿਆ, ਗਲਤ ਬਹੁਤ ਪ੍ਰਚਾਰ, ਕਿਸੇ ਨੂੰ ਪਤਾ ਹੀ ਨਹੀਂ ਕਿ ਕਿੰਨੇ ਹੋ ਗਏ। 672 ਲਾਸ਼ਾਂ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰੋਂ ਰਿਕਵਰ ਕਰਕੇ ਉਹਨਾਂ ਦੇ ਪੋਸਟਮਾਰਟਮ ਕੀਤੇ ਹੈ, ਜਿਹਦਾ ਕਿ ਰਿਕਾਰਡ ਮੇਰੇ ਕੋਲ ਹੈ ਕਿ ਕਿੰਨੇ ਜਵਾਨ ਸਨ, ਕਿੰਨੇ ਬੱਚੇ ਸਨ, ਕਿੰਨੀਆਂ ਔਰਤਾਂ ਸਨ, ਕਿੰਨੇ ਬਜ਼ੁਰਗ ਸਨ, ਸਾਰਾ ਰਿਕਾਰਡ। ਬਾਕੀ 128 ਕਿ 124 ਜਿਹੜਾ ਮੈਂ ਤੁਹਾਨੂੰ ਦੱਸਿਆ DSP ਬਾਜਵਾ ਨੇ ਬਾਹਰੋਂ ਲੈ ਕੇ ਕੀਤੀਆਂ, ਟੋਟਲ ਇਹ ਬਣਦੀਆਂ ਨੇ, ਇਹ ਟੋਟਲ ਡੈਥਸ ਨੇ ਜਿਹੜੀਆਂ ਰਿਕਾਰਡ ਦੇ ਵਿੱਚ। ਰਤਨ ਜੀ, ਬੜੀ ਇੰਪੋਰਟੈਂਟ ਗੱਲ ਹੈ ਕਿ ਰਿਕਾਰਡ ਵੀ ਰਿਕਾਰਡ ਦੇ ਵਿੱਚ ਨੇ ਸਾਡੇ ਕੋਲ। ਓਕੇ ਪੂਮਾ ਜੀ, ਬਿਲਕੁਲ ਸੰਖੇਪ 'ਚ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਕਿ 19 ਬੰਦੇ ਮਾਰੇ ਗਏ ਜਾਂ ਲੱਗਦਾ ਕਿ ਬਹੁਤ ਵੱਡੀ ਗਿਣਤੀ 'ਚ ਲੋਕ ਉੱਥੇ ਸ਼ਹੀਦ ਹੋਏ? ਸਾਡੇ ਕੋਲ ਸਮਾਂ ਨਹੀਂ ਹੈ, ਦੋ ਲਾਈਨਾਂ ਦੇ ਵਿੱਚ। ਮੈਂ ਇਹਨਾਂ ਗੱਲਾਂ ਨਾਲ ਸਹਿਮਤ ਨਹੀਂ ਹਾਂ, ਵੱਡੀ ਤਾਦਾਦ 'ਚ ਉੱਥੇ ਫੌਜ ਮਰੀ ਆ, ਵੱਡੀ ਤਾਦਾਦ 'ਚ ਸਿੰਘ ਸ਼ਹੀਦ ਹੋਏ ਆ ਉੱਥੇ,
मैं एक गल कहनी चाहना कि श्री दरबार साहब अंदर तो संत जरनैल सिंह पिंडराला सी सरकार रौला पाउंदी आ पंजाब दे जिहड़े बाकी 36 गुरद्वारे सी उत्थे संत जरनैल सिंह पिंडराला ने अटैक जिहड़े आ कीते गए जिहड़े आ। सो मैं इक्को गल कहना संत जरनैल सिंह खालसा पिंडरांवाले भाई अमरीक सिंह जनरल सुबेग सिंह बाबा थारा सिंह श्री दरबार साहब की पवित्रता लई जिहड़े उन्हां कोल करार श्री अकाल तख्त साहिब दे कीते सी उहदे ते उन्हां जिहड़ा वा अखर अखर ते जिहड़ा वा अमल करके उत्थे शहादतां पाईआं। मैं उन्हां नूं सलूट करदा ते शरदा फुल भेट करदा। ओके भूमा जी थैंक यू वेरी मच। असीं अपने मेहमानों के नाल भूमा जी नाल रतन जी नाल प्रोफेसर श्याम सिंह नाल ऑपरेशन नीला तारा के मुद्दे ते दो पड़ावी बहस की है। ये दो पड़ावी बहस अज मुकम्मल हुंदी है। इहदे लई मैं जिथे मेहमानों का धन्नवादी हाँ उत्थे दर्शकों लिए भी यह सुनेहा कि ऑपरेशन नीला तारा के बारे अपने होर मेहमानों के नाल सच जानने की कोशिश दे विच अगले दिनों च भी असी बहस का मुद्दा लेके तुहाडे अगे हाजिर होवांगे। साडे बारे कोई भी प्रोग्राम संबंधी राय देण दे लई प्रोग्राम का पता है जगतार सिद्धू @ globalpunjabtv.com।